ਅਕਾਲੀ ਦਲ ਦੇ ਵੱਲੋਂ ਜੇ ਗੱਲ ਕਰੀਏ ਤੇ ਭਾਵੇਂ ਟਿਕਟਾਂ ਦਾ ਅਨਾਉਂਸ ਨਹੀਂ ਕੀਤਾ ਗਿਆ, ਲੇਕਿਨ ਅਕਾਲੀ ਦਲ ਪਾਰਟੀ ਜਿੱਥੇ ਸੁਖਬੀਰ ਬਾਦਲ ਆਪਣੇ ਤੌਰ ਤੇ ਇੱਕ ਰੈਲੀ ਇੱਕ ਮੁਹਿੰਮ ਚਲਾਏ ਹੋਏ ਨੇ, ਉੱਥੇ ਹੀ ਦੂਸਰੇ ਲੀਡਰ ਵੀ ਲਗਾਤਾਰ ਮੀਟਿੰਗਸ ਕਰਦੇ ਪਏ ਨੇ। ਮੇਰੇ ਨਾਲ ਅਨਿਲ ਜੋਸ਼ੀ ਨੇ ਜਿਹੜੇ ਬਟਾਲਾ ਦੇ ਵਿੱਚ ਮੀਟਿੰਗ ਦੇ ਵਿੱਚ ਸਨ। ਜੋਸ਼ੀ ਸਾਹਿਬ, ਭਾਵੇਂ ਟਿਕਟਾਂ ਹਜੇ ਨਹੀਂ ਅਨਾਉਂਸ, ਕਿਵੇਂ ਦੀ ਇੱਕ ਰਣਨੀਤੀ ਤੈਅ ਕੀਤੀ ਗਈ ਹੈ? ਦੇਖੋ, ਅਸੀਂ ਰੈਗੂਲਰ ਕੰਮ ਕਰਦੇ ਹਾਂ, ਇਹ ਨਹੀਂ ਇਲੈਕਸ਼ਨ ਆ ਗਈ ਅਸੀਂ ਕੰਮ ਸ਼ੁਰੂ ਕਰਤਾ। ਸੁਖਬੀਰ ਜੀ ਨੇ ਕਦੋਂ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਪੰਜਾਬ ਵਿੱਚ? ਉਹ ਯਾਤਰਾ ਉਹ ਕੰਮ ਹੀ ਆ, ਉਹ ਇਸ ਵਿੱਚ ਸ਼ਾਮਿਲ ਹੈ ਨਾ। ਇਲੈਕਸ਼ਨ ਉਸ ਤੋਂ ਬਾਅਦ ਬਿਨਾਂ ਸ਼ੱਕ ਡਿਕਲੇਅਰ ਹੋਈ, ਪਰ ਉਹ ਤਾਂ 2 ਮਹੀਨੇ ਤੋਂ 3-2.5 ਮਹੀਨੇ ਤੋਂ ਸ਼ੁਰੂ ਕੀਤੀ ਸੀ। ਇਸ ਕਰਕੇ ਅਸੀਂ ਰੈਗੂਲਰ ਕੰਮ ਕਰਦੇ ਹਾਂ, ਟਿਕਟਾਂ ਦਾ ਕੋਈ ਮਾਇਨਾ ਨਹੀਂ ਗਿਆ ਵੀ ਟਿਕਟਾਂ ਕਦੋਂ ਡਿਕਲੇਅਰ ਹੋਣਗੀਆਂ ਜਾਂ ਇਲੈਕਸ਼ਨ ਤੇ ਆ ਗਈ। ਚਲੋ ਉਹ ਤਾਂ ਪਤਾ ਹੀ 1 ਜੂਨ ਨੂੰ ਹੋਣੀ ਹੈ, 2 ਮਹੀਨੇ ਪਏ ਆ, ਕੋਈ ਗੱਲ ਨਹੀਂ, ਅਸੀਂ ਰੈਗੂਲਰ ਕੰਮ ਕਰਦੇ ਪਏ ਹਾਂ, ਸਾਨੂੰ ਕੋਈ ਦਿੱਕਤ ਨਹੀਂ। ਜਿਹਨੂੰ ਜਿੱਥੋਂ ਡਿਊਟੀ ਲਾਉਣਗੀ ਪਾਰਟੀ, ਉੱਥੋਂ ਜਦੋਂ ਮਰਜ਼ੀ ਲੜ ਸਕਦਾ। ਭਾਜਪਾ ਦਾ ਕਿਹਾ ਸੀ ਕਿ ਸਮਝੌਤਾ ਹੋਊਗਾ, ਸਮਝੌਤਾ ਹੋਇਆ ਨੇ, ਹੁਣ ਅਨਾਉਂਸ ਹੋ ਰਿਹਾ ਕੈਂਡੀਡੇਟ, ਸਾਰੇ ਕੈਂਡੀਡੇਟ ਭਾਜਪਾ ਨੇ ਅਨਾਉਂਸ ਕਰਦੇ, ਤੁਸੀਂ ਇਸ ਮੁਕਾਬਲੇ ਦੇ ਵਿੱਚ ਕਿੱਦਾਂ ਦੇਖ ਰਹੇ ਹੋ? ਦੇਖੋ, ਪੰਜਾਬ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੈਡਰ ਆ, ਲੀਡਰ ਆ, ਹਰ ਜਗ੍ਹਾ ਤੇ ਹਲਕਾ ਇੰਚਾਰਜ ਆ। ਇੱਕ ਸਿਸਟਮ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਕਿਸੇ ਪਾਰਟੀ ਕੋਲ ਇੰਨਾ ਨਾ ਵਰਕਰ ਆ, ਨਾ ਕੈਡਰ ਆ, ਨਾ ਕੋਈ ਸਿਸਟਮ ਹੈਗਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੁਕਾਬਲਾ ਜਿਹੜਾ ਨਾ, ਉਹ ਨਹੀਂ ਕੋਈ ਪਾਰਟੀ ਕਰ ਸਕਦੀ। 22 ਦੇ ਨਤੀਜੇ ਤੇ ਫਿਰ ਕਿੱਦਾਂ ਵੇਖਦੇ ਆ? 22 ਦੇ ਨਤੀਜੇ ਵੀ ਜਿਹੜੇ ਆ, ਉਹ ਸ਼੍ਰੋਮਣੀ ਅਕਾਲੀ ਦਲ ਹੀ ਸੈਕੰਡ ਸੀਗਾ। ਜੇ ਅੰਮ੍ਰਿਤਸਰ ਵੀ ਲਾਈਏ ਤੇ 2,66,000 ਵੋਟ ਸ਼੍ਰੋਮਣੀ ਅਕਾਲੀ ਦਲ ਦੀ, ਹਾਲੇ ਕਿ 4.25 ਲੱਖ ਵੋਟ ਆਪਦੀ ਝਾੜੂ ਦੀ, ਇੰਨੀ ਵੇਅਰ ਸੀ। 3 ਨੰਬਰ ਤੇ ਕਾਂਗਰਸ ਸੀ, ਤੇ 2,66,000 ਜੇ ਬੀਜੇਪੀ ਦੀ ਅਕਾਲੀ ਦਲ ਦੀ ਵੋਟ ਸੀ, ਕਾਂਗਰਸ 2,69 ਸੀ, ਤੇ ਬੀਜੇਪੀ ਦੀ ਵੋਟ ਸਿਰਫ 52,300 ਸੀ ਸਾਰੀ ਪਾਰਲੀਮੈਂਟ ਦੀ ਜੋੜ ਲਾ ਕੇ। ਤੇ ਉਹਨਾਂ ਨੇ ਕਿੰਨਾ ਕੁ ਵਧਣਾ, ਡਬਲ ਟ੍ਰਿਪਲ, ਤਦ ਵੀ ਕੋਈ ਫਰਕ ਨਹੀਂ ਹੈ। ਇਸ ਕਰਕੇ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਿਹੜਾ ਉਹ ਅੱਪ ਜਾ ਰਿਹਾ ਵਾ। ਸ਼੍ਰੋਮਣੀ ਅਕਾਲੀ ਦਲ ਜਿਹੜੇ ਸਾਰੀਆਂ, ਅਨਿਲ ਜੋਸ਼ੀ ਕਿੱਥੋਂ ਕੈਂਡੀਡੇਟ ਹੋਣਗੇ? ਅਨਿਲ ਜੋਸ਼ੀ ਜਿੱਥੇ ਡਿਊਟੀ ਲਾ ਦੇਣਗੇ, ਕਿੱਥੋਂ ਵੀ ਪਾਰਟੀ ਕਹੂਗੀ ਲੜ ਲੂੰਗਾ, ਸਾਰੇ ਪੰਜਾਬ 'ਚ ਜਿੱਥੋਂ ਕਹੂਗੀ ਉੱਥੋਂ ਲੜੂ। ਅੰਮ੍ਰਿਤਸਰ ਤੋਂ 2 ਕੈਂਡੀਡੇਟ ਅਨਾਉਂਸ ਹੋ ਗਏ, ਕਹਿੰਦੇ ਅਨਿਲ ਜੋਸ਼ੀ ਨਾਲ ਮੁਕਾਬਲਾ ਕਰਨਗੇ, ਕੈਂਡੀਡੇਟਾਂ ਨੂੰ ਕਿੱਦਾਂ ਦੇਖਦੇ ਹੋ? ਕੈਂਡੀਡੇਟ ਕੋਈ ਗੱਲ ਨਹੀਂ, ਕੈਂਡੀਡੇਟ ਮੇਰੇ ਤੋਂ ਵੱਧ ਕੰਮ ਕਿਸੇ ਨੇ ਨਹੀਂ ਕੀਤਾ। ਬੱਚਾ ਬੱਚਾ ਕਹੂਗਾ, ਮੈਂ ਨਹੀਂ ਕਹਿੰਦਾ, ਬੱਚਾ ਬੱਚਾ ਕਹੂਗਾ। ਇੱਕ ਆਮ ਆਦਮੀ ਪਾਰਟੀ ਦੇ ਕੈਬਨਿਟ ਮਿਨਿਸਟਰ ਆਇਆ, ਫਿਰ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਇੱਕ ਅੰਬੈਸਡਰ, ਬਾਕੀ ਅੰਬੈਸਡਰ ਜਿਹੜੇ ਆ ਉਹ ਅਮਰੀਕਾ ਤੋਂ ਆਏ, ਅੱਗੇ ਦਿੱਲੀਓਂ ਆਉਂਦੇ ਸੀ ਜਿਹੜੇ, ਉਹ ਵਿਚਾਰੇ ਸਮਝੌਤੇ 'ਚ ਵੀ ਹਾਰ ਜਾਂਦੇ। ਜਦੋਂ ਸਮਝੌਤਾ ਸੀ ਉਦੋਂ ਲੱਖ ਵੋਟ ਤੇ ਜਿਹੜੇ ਹਾਰਦੇ ਰਹੇ, ਤਾਂ ਇਕੱਲਿਆਂ ਜਿਹੜਾ ਮੈਂ ਅੰਬੈਸਡਰ ਨੂੰ ਉੱਥੋਂ ਲਿਆਂਦਾ ਅਮਰੀਕਾ ਤੋਂ, ਗੱਲ ਤੇ ਲੋਕਾਂ ਨੂੰ ਤੇ ਆਪਣੀ ਜੜ੍ਹ ਨਾਲ ਜੁੜਿਆ ਮਿਲਣਾ ਚਾਹੀਦਾ, ਜਿਹਨੂੰ ਮੁੱਦੇ ਪਤਾ ਹੋਣ, ਜਿਹਨਾਂ ਲੋਕਾਂ ਦੀਆਂ ਸਮੱਸਿਆ ਪਤਾ ਹੋਣ, ਜਿਹਨੂੰ ਨਾਂ ਪਤਾ ਹੋਣ, ਜਿਹਨੂੰ ਬਾਹੋਂ ਫੜ ਸਕਣ ਲੋਕ ਜਿਹੜੇ ਅੱਜ ਇਸ ਕੈਂਡੀਡੇਟ ਨੂੰ, ਹਨਾ, ਲੋਕਾਂ ਨੂੰ ਉਹ ਚਾਹੀਦੇ ਆ। ਲੋਕੀ ਇਹ ਗੁਰਦਾਸਪੁਰ 'ਚ ਜਿਹੜਾ ਪੈਰਾਸ਼ੂਟ ਆਇਆ ਸੀ, ਕੀ ਹਾਲ ਕੀਤਾ ਲੋਕਾਂ ਦੇ, ਚੀਕਾਂ ਕਢਾਈਆਂ ਨਾ ਲੋਕਾਂ ਦੀਆਂ, ਇਹ ਮੈਸੇਜ ਪੂਰੇ ਪੰਜਾਬ 'ਚ ਨਹੀਂ। ਬਾਹਰੋਂ ਪੁਰੀ ਸਾਹਿਬ ਆਏ ਦਿੱਲੀਓਂ ਪਿਛਲੀ ਵਾਰੀ, 3.5 ਲੱਖ ਵੋਟਾਂ ਲਈਆਂ, ਠੀਕ ਹੈ, ਹਾਰ ਕੇ ਕੋਈ ਨਹੀਂ, ਮੰਤਰੀ ਤਾਂ ਬਣੇ ਦੇਣਾ, ਗੁਰੂ ਦੀ ਨਗਰੀ ਅੰਮ੍ਰਿਤਸਰ ਕਰ ਦਿੰਦੇ ਸੇਵਾ, ਅੱਜ ਵੋਟ ਮੰਗਣ ਦੀ ਲੋੜ ਨਾ ਪੈਂਦੀ, ਪਰ ਨਹੀਂ ਆਏ, ਮੁੜੇ ਹੀ ਨਹੀਂ। ਇਸ ਕਰਕੇ ਲੋਕਾਂ ਨੂੰ ਇਹ ਸਭ ਕੁਝ ਧਿਆਨ ਆ, ਬਹੁਤ ਲੋਕ ਬਹੁਤ ਸਿਆਣੇ। 13 ਦੀਆਂ ਸੀਟਾਂ ਦੇ ਵਿੱਚੋਂ ਲੱਗਦਾ ਅਕਾਲੀ ਦਲ ਚੰਗੀ ਕੋਈ ਨਤੀਜੇ ਆਣਗੇ? ਅਸੀਂ ਕਹਿੰਦੇ 13 ਦੀਆਂ 13 ਜਿੱਤੂਗਾ, ਇੱਕ ਅੱਧੀ ਰਹਿ ਜੂ, ਕੋਈ ਕਹਿ ਨਹੀਂ ਸਕਦਾ। ਬਾਕੀ ਸ਼੍ਰੋਮਣੀ ਅਕਾਲੀ ਦਲ ਉੱਤੇ ਵੱਡਾ ਕੈਡਰ, ਜਾਂ ਲੋਕਾਂ ਨੂੰ ਕੰਮ ਜਿਹੜੇ ਬਾਦਲ ਸਾਹਿਬ ਦੇ ਯਾਦ ਆਉਂਦੇ ਪਏ, ਡਿਵੈਲਪਮੈਂਟ, ਹਾਈਵੇਜ਼ ਤੇ ਜਿਹੜੀਆਂ ਗਰੀਬਾਂ ਦੀਆਂ ਸਕੀਮਾਂ, ਕਿਸਾਨਾਂ ਦੇ ਭਲੇ ਜਿਹੜੇ ਕੀਤੇ ਉਹਨਾਂ ਨੇ, ਸਭ ਯਾਦ ਆਉਂਦੇ ਪਏ ਲੋਕਾਂ। ਬਿਲਕੁਲ, ਤੁਸੀਂ ਦੇਖਿਆ ਕਿ ਅਨਿਲ ਜੋਸ਼ੀ ਦਾ ਕਹਿਣਾ ਕਿ ਪਾਰਟੀ ਜਿੱਥੋਂ ਕੰਮ ਕਰੇਗੀ ਉੱਥੋਂ ਚੋਣ ਲੜਨਗੇ, ਔਰ ਇਹ ਇੱਕ ਚਰਚਾ ਵੀ ਹੈ ਕਿ ਉਹ ਅੰਮ੍ਰਿਤਸਰ ਤੋਂ ਜਿਹੜੇ ਕੈਂਡੀਡੇਟ ਹੋ ਸਕਦੇ, ਔਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਕੈਂਡੀਡੇਟ ਹੋਣਗੇ, ਉਹਨਾਂ ਦਾ ਦਾਅਵਾ ਕਿ ਭਾਵੇਂ ਅੰਮ੍ਰਿਤਸਰ ਹੋਵੇ ਜਾਂ ਪੰਜਾਬ ਦੇ ਦੂਸਰੇ ਹਲਕੇ ਹੋਣ, ਉੱਥੇ ਅਕਾਲੀ ਦਲ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਚੰਗੇ ਨਤੀਜੇ ਲੈ ਕੇ ਆਵੇ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ, ਗੁਰਦਾਸਪੁਰ।